ਬਾਕੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਜੀ, ਇਹ ਸਨਾਤਨ ਧਰਮ ਲਈ, ਖਾਸ ਕਰਕੇ ਹਿੰਦੂ ਧਰਮ ਲਈ ਜਾਂ ਧਰਮ ਦੇ ਲਈ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ। ਮੈਂ ਇਸ ਵਿਸ਼ੇ ਵਿੱਚ ਉਹਨਾਂ ਦੇ ਪ੍ਰਧਾਨ ਜੀ ਨਾਲ ਵੀ ਗੱਲ ਕੀਤੀ ਹੈ ਅਤੇ ਪ੍ਰਧਾਨ ਜੀ ਕਹਿੰਦੇ ਵੀ ਮੇਰੀ ਨੌਲੇਜ 'ਚ ਤਾਂ ਇਹ ਗੱਲ ਆਈ ਨਹੀਂ ਅਤੇ ਮੈਨੂੰ ਤਾਂ ਇਹਦਾ ਕੱਲ੍ਹ ਪਤਾ ਲੱਗਿਆ ਅਤੇ ਮੈਂ ਗੱਲ ਕੀਤੀ ਹੈ ਅਤੇ ਮੈਂ ਡਾਂਟ ਫਟਕਾਰ ਵੀ ਕੀਤੀ ਹੈ। ਉਸ ਤੋਂ ਬਾਅਦ ਮੈਂ ਪੰਡਿਤ ਜੀ ਨਾਲ ਗੱਲ ਕੀਤੀ ਫੋਨ 'ਤੇ ਅਤੇ ਪੰਡਿਤ ਜੀ ਕਹਿੰਦੇ ਵੀ ਮੈਂ ਤਾਂ ਉਸ ਦਿਨ ਉੱਥੇ ਹੈ ਨਹੀਂ ਸੀ ਅਤੇ ਬਾਕੀ ਗੱਲ ਜੋ ਵੀ ਪ੍ਰੋਗਰਾਮ ਕੀਤੇ ਜਾਂਦੇ ਆ ਇਸ ਤਰ੍ਹਾਂ ਮਹਿਲਾ ਮੰਡਲ ਬਣੀਓ, ਉਹਨਾਂ ਨੇ ਕਦੇ ਸਾਨੂੰ ਪੁੱਛਿਆ ਨਹੀਂ ਵੀ ਅਸੀਂ ਕੀ ਪ੍ਰੋਗਰਾਮ ਕਰਨਾ। ਅਤੇ ਜਿਹੜੀ ਖਾਸ ਗੱਲ ਇਹ ਹੈ ਵੀ ਮੈਂ ਉਦੋਂ ਉੱਥੇ ਆਈ ਸੀ, ਮੇਰੀ ਗਾਹਰੀ ਦੇ ਵਿੱਚ ਇਹ ਪ੍ਰੋਗਰਾਮ ਹੋਇਆ ਅਤੇ ਬਾਕੀ ਦੀ ਜਿਹੜੀ ਸਹੀ ਪ੍ਰਤੀਕਿਰਿਆ ਉਹ ਤਾਂ ਉੱਥੋਂ ਦੀ ਮੈਨੇਜਮੈਂਟ ਜਾਂ ਉੱਥੋਂ ਦੇ ਪੀ ਆਰ ਜੀ ਕੀ ਦੇ ਸਕਦੇ ਆ ਜੀ। ਤੁਹਾਨੂੰ ਕੀ ਲੱਗਦਾ ਕੌਣ ਜ਼ਿੰਮੇਵਾਰ ਹੋ ਸਕਦਾ ਇਸ ਤਰ੍ਹਾਂ ਜਿਹੜੇ ਧਰਮ ਦੇ? ਜੇ ਇਸ ਦਾ ਜਿਹੜਾ ਜ਼ਿੰਮੇਵਾਰ ਹੈ, ਦੇਖੋ ਜੀ ਪੁਜਾਰੀ ਵੀ ਤਾਂ ਪ੍ਰਧਾਨ ਜੀ ਦੀ ਜ਼ਿੰਮੇਵਾਰੀ ਬਣਦੀ ਆ। ਬਾਕੀ ਪੁਜਾਰੀ ਜੀ ਕਹਿ ਰਹੇ ਆ ਵੀ ਜਿਹੜੀ ਉੱਥੋਂ ਦੀ ਮਹਿਲਾ ਮੰਡਲ ਹੈਗੀ ਆ, ਇਹ ਪ੍ਰੋਗਰਾਮ ਉਹਨਾਂ ਬਾਰੇ ਉਹਨਾਂ ਨੇ ਕੀਤਾ, ਇਹ ਜਾਣਕਾਰੀ ਸਹੀ ਤਾਂ ਉਹ ਦੇ ਸਕਦੇ। ਜੇ ਪੁਜਾਰੀ ਜੀ ਹੈ ਨਹੀਂ ਉੱਥੇ ਤਾਂ ਕਿਹਨਾਂ ਦੀ ਇਜਾਜ਼ਤ ਲੈ ਕੇ ਕੀਤਾ, ਕੀ ਕਿਸ ਤਰ੍ਹਾਂ ਪ੍ਰੋਗਰਾਮ ਹੋਇਆ, ਇਹ ਉਹ ਦੱਸ ਸਕਦੇ ਜ਼ਿਆਦਾ ਜੀ। ਇਹੋ ਜਿਹੀ ਕਿਹੋ ਜਿਹੀ ਸਜ਼ਾ ਹੋਣੀ ਚਾਹੀਦੀ ਤੁਹਾਨੂੰ ਲੱਗਦਾ, ਇਹੋ ਜਿਹੀ ਜਿਹੜੀ ਘਟਨਾਵਾਂ ਹੋਣਗੀਆਂ? ਦੇਖੋ ਜਿਨ੍ਹਾਂ ਨੇ ਵੀ ਇਹ ਪ੍ਰੋਗਰਾਮ ਕੀਤਾ ਅਣਜਾਣੇ ਜਾਣੇ ਦੇ ਵਿੱਚ ਹੋਇਆ ਤਾਂ ਉਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਆ ਔਰ ਅੱਗੇ ਤੋਂ ਇਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ।